ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਲਓ ਜੀ, ਅੱਜ 4 ਵਜੇ ਆਪਾਂ ਲਾਈਵ ਗਿਆ ਸੀ ਅਤੇ ਲਾਈਵ ਆਪਾਂ ਹੋ ਗਏ ਹਾਂ ਜੀ। ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆ। ਓਕੇ, ਚੱਲ ਪਏ ਜਿਹੜੇ ਦੇਖਣ ਲੱਗ ਗਏ ਹਾਂ ਜੀ। ਰਾਜਵ ਸਿੰਘ ਜੀ, ਆਓ ਜੀ, ਥੱਲੇ ਆ ਗਏ ਸਾਰਿਆਂ ਦਾ। ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ ਜੀ? ਬਾਈ ਕਹਿੰਦਾ ਰਾਮ ਰਾਮ। ਰਾਮ ਰਾਮ ਜੀ, ਰਾਮ ਰਾਮ ਖਾਨ ਕਾ ਟਾਈਗਰ। ਲਵ ਯੂ ਜੀ। ਕੀ ਹਾਲ ਆ ਵੀਰੇ? ਠੀਕ ਠਾਕ ਆ ਮਾਪਿਓ? ਸਭ ਵਧੀਆ ਜੀ। ਥੈਂਕ ਯੂ ਜੀ, ਕੈਰੀ ਔਨ ਜੱਟਾ ਟੂ ਲਈ, ਥੈਂਕ ਯੂ ਸੋ ਮੱਚ। ਅਤੇ ਅੱਜ ਲਾਈਵ ਆਉਣ ਦਾ ਜਿਹੜਾ ਖਾਸ ਮਕਸਦ ਸੀ ਉਹ ਇਹ ਸੀਗਾ ਕਿ ਪਿਛਲੇ ਕਿੰਨੇ ਦਿਨਾਂ ਤੋਂ ਪ੍ਰਮੋਟ ਕਰ ਰਿਹਾ ਜੀ, ਨਹੀਂ ਛੱਡਦਾ ਗਾਣਾ ਆ ਰਿਹਾ ਜੀ, ਨਹੀਂ ਛੱਡਦਾ, ਨਹੀਂ ਛੱਡਦਾ। ਸੋ ਕੀ ਨਹੀਂ ਛੱਡਦਾ ਜਿਹੜਾ ਤੁਹਾਨੂੰ ਜਲਦੀ ਪਤਾ ਲੱਗੂਗਾ, ਪਰ ਨਹੀਂ ਛੱਡਦਾ ਤਾਂ ਅੱਜ ਪ੍ਰੀ ਆਰਡਰ ਲਿੰਕ ਆ ਗਿਆ, ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਜੀ, ਬਾਏ ਕਰ ਸਕਦੇ ਹੋ ਹੁਣੇ ਹੀ। ਸੋ ਰਿਕੁਐਸਟ ਆ ਸਾਰਿਆਂ ਨੂੰ ਕਿ ਪ੍ਰੀ ਆਰਡਰ ਦਾ ਜਿਹੜਾ ਲਿੰਕ ਆ ਉਹਨੂੰ ਸ਼ੇਅਰ ਕਰੋ, ਸਪਰੈਡ ਕਰੋ ਅਤੇ ਉਹ ਤੋਂ ਬਾਏ ਕਰ ਲਓ ਸਾਰੇ ਜਣੇ ਹੁਣੇ। ਅਤੇ ਗਾਣਾ ਬੜੀ ਦੇਰ ਬਾਅਦ ਇੱਦਾਂ ਦਾ ਕੀਤਾ, ਬੜੀ ਐਨਰਜੀ ਵਾਲਾ ਗਾਣਾ। ਸੋ ਪੂਰਾ ਸੀਜ਼ਨ ਨਵੇਂ ਸਾਲ ਅਤੇ ਕ੍ਰਿਸਮਸ ਦੇ ਉੱਤੇ ਥੋੜ੍ਹੇ ਨੱਚਣ ਲਈ ਗਾਣਾ ਪੇਸ਼ ਕੀਤਾ ਜਾ ਰਿਹਾ ਵਾ, ਅਤੇ ਭੰਗੜੇ ਪੈਣਗੇ ਪੂਰੇ ਦੱਬ ਕੇ। ਅਤੇ ਕੀ ਗਾਣੇ 'ਚ ਗੱਲਾਂ ਬਾਤਾਂ ਨੇ ਉਹ ਤੁਹਾਨੂੰ ਇੱਕ ਦੋ ਦਿਨ ਠਹਿਰ ਕੇ ਦੱਸਾਂਗੇ, ਅਪਡੇਟ ਕਰਾਂਗੇ, ਕਿਉਂਕਿ ਹਾਲੇ ਥੋੜ੍ਹੇ ਦਿਨ ਪਏ ਨੇ। ਕਿਹਨੂੰ ਨਹੀਂ ਛੱਡਦਾ ਵੀਰੇ? ਇਹੀ ਤਾਂ ਗੱਲ ਸੋਚਣ ਵਾਲੀ ਆ ਵੀਰੇ, ਵੀ ਛੱਡਦਾ ਕਿਹਨੂੰ ਨਹੀਂ ਹੈਗਾ। ਅਤੇ ਭਾਜੀ ਵਾ, ਵਿਨੋਦ ਜੀ ਦਾ ਹੀ ਮੈਸੇਜ ਹੈਗਾ ਵਿੱਚ, ਕਹਿੰਦੇ ਕੈਰੀ ਔਨ ਜੱਟਾ ਟੂ ਐਂਡ ਨਹੀਂ ਛੱਡਦਾ। ਲੈ ਕਮਾਲ ਆ, ਵਿਨੋਦ ਬੈਠਾ ਇੱਧਰਲੇ ਪਾਸੇ ਹੀ ਆ, ਇੱਧਰੋਂ ਹੀ ਫੈਂਟ ਜਾਂਦਾ ਕੰਮ ਇੱਧਰ ਨੂੰ। ਅਤੇ ਸੋਨਾ ਜੀ, ਸਾਹਿਲ ਖਾਨ ਜੀ, ਥੈਂਕ ਯੂ ਸਾਹਿਲ ਜੀ। ਹਰਿਆੜ ਸਾਹਿਬ ਕਿੱਦਾਂ ਜੀ? ਠੀਕ ਠਾਕ ਹੋ ਜੀ? ਸੁਪ੍ਰੀਤ ਬਾੜ ਜੀ, ਥੈਂਕ ਯੂ ਜੀ ਸਾਰਿਆਂ ਦਾ, ਥੈਂਕ ਯੂ ਤੁਹਾਡਾ। ਉਰਦੂ ਵਾਲੇ ਆ ਗਏ ਵਿੱਚ, ਪਾਕਿਸਤਾਨ ਤੋਂ ਮੇਰੇ ਵੀਰ, ਹੈਲੋ ਜੀ, ਅਤੇ ਬੈਸਟ ਆਫ ਲੱਕ, ਥੈਂਕ ਯੂ ਸੋ ਮਚ। ਲਓ ਜੀ, ਅਤੇ ਸਾਰੇ ਜਣੇ ਡਾਊਨਲੋਡ ਕਰ ਲਓ ਪ੍ਰੀ ਆਰਡਰ ਲਿੰਕ, ਆਈਟਿਊਨਰ ਦਾ ਮੈਂ ਪਾ ਦਿੱਤਾ ਵਾ, ਸ਼ੇਅਰ ਕਰ ਦਿੱਤਾ ਉੱਤੇ ਲਿੰਕ, ਤੁਸੀਂ ਸਪਰੈਡ ਕਰ ਦਿਓ। ਅਤੇ ਗਾਣਾ ਇਹ ਅੱਗੇ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਗਾਣਾ ਜਾਨੀ ਦਾ ਲਿਖਿਆ ਹੋਇਆ ਅਤੇ ਜੱਸੀ ਕਟਿਆਲ ਦਾ ਮਿਊਜ਼ਿਕ ਹੈ। ਸੋ ਪਹਿਲੀ ਵਾਰੀ ਮੈਨੂੰ ਲੱਗਦਾ ਇਹ ਕੋਂਬੀਨੇਸ਼ਨ ਬਣਿਆ ਜੱਸੀ ਕਟਿਆਲ ਅਤੇ ਜਾਨੀ, ਕਿਉਂਕਿ ਜੱਸੀ ਕਟਿਆਲ ਬਹੁਤ ਸਾਡੇ ਜਿੰਨੇ ਵੀ ਮੇਰੇ ਗਾਣੇ ਕੀਤੇ ਨੇ ਜੱਸੀ ਨੇ, ਦੇਸੀ ਦੇਸੀ ਗਾਣੇ ਕੀਤੇ ਨੇ। ਉਹ ਮੇਰੇ ਰੂਪ ਦੇ ਆ ਮੁੰਡਿਆਂ 'ਚ ਚਰਚੇ, ਜਿਵੇਂ ਹੁੰਦੇ ਆ ਡਵਈ ਵਾਲੇ ਸ਼ੇਖ ਦੇ। ਸੋ ਹੁਣ ਇਹ ਗੀਤ ਕਰ ਰਿਹਾ ਉਹ, ਅਤੇ ਜਾਨੀ ਨੇ ਗਾਣੇ ਅਰਬਨ ਅਰਬਨ ਕੀਤੇ ਨੇ। ਸੋ ਐਤਕੀ ਅਰਬਨ ਅਤੇ ਦੇਸੀ ਅਸੀਂ ਮਿਕਸ ਕੀਤੇ ਨੇ, ਉਮੀਦ ਆ ਤੁਹਾਨੂੰ ਵਧੀਆ ਲੱਗੂਗਾ ਕੋਂਬੀਨੇਸ਼ਨ। ਔਰ ਵੀਡੀਓ ਵਿਨਲ ਮਾਰਕਨ ਉਹਨਾਂ ਨੇ ਸ਼ੂਟ ਕੀਤਾ, ਸਾਡੇ ਭਰਾ ਨੇ ਵਿਨਲ ਨੇ, ਉਹਨਾਂ ਨੇ ਪਹਿਲਾਂ ਮੇਰਾ ਗਾਣਾ ਕੀਤਾ ਸੀਗਾ, ਨੀ ਮੈਂ ਔਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਵਸ ਚੱਲਦਾ। ਅਤੇ ਹੋਰ ਕੀ ਮੈਂ ਕਹਿਣ ਗਈਗਾ, ਓਕੇ ਰਿਪੋਰਟ ਮਾਸੀ ਦੇ ਪਿੰਡ ਗਈ ਸੀ ਸਾਨੂੰ, ਅੱਛਾ ਮਾਸੀ ਦੇ ਪਿੰਡ ਗਈ ਵਾਲਾ ਕਹਿੰਦੇ ਆ ਮਿਸਟਰ ਇੰਡੀਆ, ਸਾਨੂੰ ਵੀ ਦੇਖ ਲਿਆ, ਤੈਨੂੰ ਵੀ ਦੇਖ ਲਿਆ ਵੀਰੇ। ਲਓ ਜੀ, ਇੱਕ ਥੱਲੇ ਕਮੈਂਟ ਕਿੱਥੇ ਗਏ? ਹਾਂ ਸਰ, ਪਾਕਿਸਤਾਨ ਜੀ, ਉਹ ਤੁਹਾਡੇ ਲਈ ਸੌਂਗ ਵੀਰ ਜੀ, ਸਾਰੇ ਸੌਂਗ ਆ, ਥੈਂਕ ਯੂ ਜੀ, ਥੈਂਕ ਯੂ। ਅਤੇ ਬਾਕੀ ਫਿਲਹਾਲ ਕੈਰੀ ਔਨ ਜੱਟਾ ਟੂ ਦੀ ਆਪਾਂ, ਅਹਿਮਦ ਜੀ ਕਹਿੰਦੇ ਕੈਰੀ ਔਨ ਜੱਟਾ ਟੂ ਪਾਕਿਸਤਾਨ 'ਚ ਰਿਲੀਜ਼ ਕਰੋਗੇ? ਡੈਫੀਨੇਟਲੀ ਕਰਾਂਗੇ ਮਹਾਰਾਜ, ਹਰ ਜਗ੍ਹਾ ਕਰਾਂਗੇ, ਤੁਸੀਂ ਟੈਨਸ਼ਨ ਨਾ ਲਓ, ਚੱਕ ਦਿਆਂਗੇ ਫੱਟੇ, ਖਿੱਚ ਦਾਂਗੇ ਪੂਰੀ ਕਾਰਵਾਈ। ਅਤੇ ਅੱਜ ਫਿਲਹਾਲ ਕੈਰੀ ਔਨ ਜੱਟਾ ਟੂ ਦੇ ਸੈੱਟ 'ਤੇ ਹਾਂ, ਵੈਨ 'ਚ ਬੈਠੇ ਹਾਂ, ਅਤੇ ਸੈੱਟ ਦੇ ਉੱਤੇ ਆਲਰੇਡੀ ਹੁਣ ਜਿਹੜਾ ਸੀਨ ਸ਼ੁਰੂ ਹੋਣਾ ਉਹਦੇ 'ਚ ਹੈਗੇ ਨੇ ਘੁੱਗੀ ਭਾਅ ਜੀ, ਭੱਲਾ ਸਾਹਿਬ ਅਤੇ ਸੋਨਮ ਬਾਜਵਾ, ਹੌਬੀ ਧਾਲੀਵਾਲ ਸਾਹਿਬ ਅਤੇ ਮੈਂ। ਅਤੇ ਕੰਟੀਨਿਊਸਲੀ ਪੁਰਾਣੀ ਕਾਸਟ ਹੈ, ਬਹੁਤ ਬੰਦੇ ਨਵੇਂ ਵੀ ਐਡ ਹੋਏ ਨੇ, ਸੋਨਮ ਨਵੀਂ ਐਡ ਹੋਈ ਹੈ, ਹੌਬੀ ਬਾਈ ਨਵੇਂ ਐਡ ਹੋਏ ਨੇ, ਹੋਰ ਵੀ 3-4 ਜਣੇ। ਬੜੀ ਘੈਂਟ ਫਿਲਮ ਬਣ ਰਹੀ ਹੈ ਔਰ ਪੁਰਾਣੀ ਨਾਲੋਂ ਕਿਤੇ ਵਧੀਆ। ਸੋ ਇੰਨਾ ਹਾਸਾ ਪੈਂਦਾ ਸੈੱਟ ਦੇ ਉੱਤੇ, ਬੱਖੀਆਂ ਟੁੱਟ ਜਾਂਦੀਆਂ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੂਗੀ। ਔਰ ਇੱਕ ਹੋਰ ਸਰਪ੍ਰਾਈਜ਼ ਤੁਹਾਨੂੰ ਬਸ ਵਿਦ ਇਨ 2-3 ਡੇਜ਼ ਮੈਂ ਦੇਣ ਲੱਗਿਆ, ਉਹ ਹੈ ਸੂਬੇਦਾਰ ਜੋਗਿੰਦਰ ਸਿੰਘ ਦੀ ਫਸਟ ਲੁੱਕ। ਸੋ ਸੂਬੇਦਾਰ ਜੋਗਿੰਦਰ ਸਿੰਘ 'ਚ ਮੇਰਾ ਰੋਲ ਕਿੱਦਾਂ ਦਾ, ਕਿਉਂਕਿ ਘੱਟ ਫਿਲਮਾਂ ਇੱਦਾਂ ਦੀਆਂ ਮਿਲਦੀਆਂ ਨੇ ਜਿਨ੍ਹਾਂ 'ਚ ਤੁਸੀਂ ਬੜੀ ਐਫਰਟ ਕਰਕੇ ਬੜੀ ਮਿਹਨਤ ਕਰਨੀ ਪੈਂਦੀ ਆ, ਕਿਉਂਕਿ ਉਹਦੇ ਲਈ ਮੇਰੇ ਸਭ ਤੋਂ ਵੱਡੀ ਚੈਲੰਜ ਸੀਗਾ ਕਿ ਮੈਨੂੰ ਵੇਟ ਗੇਨ ਕਰਨਾ ਪੈਣਾ ਸੀ। 41 ਸਾਲਾਂ ਦੀ ਉਮਰ ਸੀਗੀ ਜਿਹੜੀ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ ਸੀਗੀ, ਜਦੋਂ 1962 ਦੀ ਲੜਾਈ ਹੋਈ ਆ, ਉਹਦੇ ਲਈ ਮੈਨੂੰ ਉਹ ਏਜ ਕਰਨੀ ਪਈ।
ਉਹ ਦਾੜੀ ਜਿਹੜੀ ਰੱਖਣੀ ਸੀਗੀ ਵੱਡੀ ਭਰਮੀ ਦਾੜੀ, ਤੇ ਪਲੱਸ ਸਿਹਤ ਜਿਹੜੀ ਓਡੀ ਕਰਨੀ ਸੀ, ਏਜ ਪੂਰੀ 41 ਸਾਲਾਂ ਦੀ ਮੇਨਟੇਨ ਕਰਨੀ ਸੀ। ਉਹ ਸਾਰੀਆਂ ਚੀਜ਼ਾਂ ਕੀਤੀਆਂ ਔਰ ਉਹਦੇ 'ਚ ਹਰ ਚੀਜ਼ ਰੀਅਲ ਆ। ਵੇਟ ਮੈਂ ਗੇਨ ਕੀਤਾ, ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਉਹ ਕਿਵੇਂ ਕਿਵੇਂ ਹੋਈਆਂ। ਸੋ 2-3 ਦਿਨਾਂ ਤੱਕ ਉਹਦੀ ਫਸਟ ਲੁੱਕ ਤੁਹਾਡੇ ਮੈਂ ਰੂਬਰੂ ਕਰੂੰਗਾ। ਸੋ ਫਿਲਹਾਲ ਫੇਰ ਬੈਕ ਟੂ ਆਪਾਂ ਆਉਂਦੇ ਹਾਂ ਨਹੀਂ ਛੱਡਦਾ ਦੇ ਉੱਤੇ। ਸੋ ਨਹੀਂ ਛੱਡਦਾ ਗਾਣਾ ਬਸ ਰਿਲੀਜ਼ ਤੁਹਾਨੂੰ ਪਤਾ 19 ਤਰੀਕ ਨੂੰ ਆ। ਸੋ ਪ੍ਰੀ ਆਰਡਰ ਲਿੰਕ ਜਿਹੜਾ ਅੱਜ ਅਸੀਂ ਸ਼ੇਅਰ ਕੀਤਾ, ਸਾਰੇ ਜਣੇ ਸ਼ੇਅਰ ਕਰ ਦਿਓ, ਸਪਰੈਡ ਕਰ ਦਿਓ, ਅਤੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ। ਮੈਨੂੰ ਪੱਕਾ ਪਤਾ ਵਧੀਆ ਲੱਗੂਗਾ, ਗਾਣਾ ਬਹੁਤ ਘੈਂਟ ਹੈ। ਅਤੇ ਇਹ ਤੁਸੀਂ ਮੈਨੂੰ ਦੱਸਣਾ, ਇੱਕ ਅਸੀਂ ਕੰਟੈਸਟ ਹੁਣ ਸਟਾਰਟ ਕਰਨ ਲੱਗੇ ਹਾਂ ਵੀ ਛੱਡਣ ਦੀ ਕੀ ਗੱਲ ਹੋ ਰਹੀ ਆ, ਨਹੀਂ ਛੱਡਦਾ ਕੀ ਨਹੀਂ ਛੱਡਦਾ। ਉਹ ਤੁਸੀਂ ਆਪਣੇ ਆਪਣੇ ਸੁਝਾਅ, ਆਪਣੇ ਆਪਣੇ ਕਮੈਂਟਸ ਤੁਸੀਂ ਥੱਲੇ ਵੀ ਲਿਖ ਕੇ ਮੈਨੂੰ ਭੇਜ ਸਕਦੇ ਹੋ, ਜਿਹੜੇ ਹੁਣ ਸੁਣ ਰਹੇ ਨੇ ਵੀ ਦੱਸੋ ਨਹੀਂ ਛੱਡਦਾ ਕੀ ਨਹੀਂ ਛੱਡਦਾ। ਸੋ ਜਿਹਦਾ ਰਾਈਟ ਆਨਸਰ ਹੋਊਗਾ ਉਹਦੇ ਲਈ ਅਸੀਂ ਕਾਫੀ ਸਪੈਸ਼ਲ ਗਿਫਟ ਉਹਨੂੰ ਭੇਜਾਂਗੇ। ਇਹਦਾ ਅਸੀਂ ਕੰਟੈਸਟ ਵੀ ਅਪਡੇਟ ਕਰਾਂਗੇ 1-2 ਦਿਨਾਂ ਤੱਕ, ਪਰ ਤੁਸੀਂ ਹੁਣ ਤੋਂ ਤੁਹਾਨੂੰ ਭੇਜਣ ਲੱਗ ਜਾਓ ਥੱਲੇ ਕਿ ਕੀ ਨਹੀਂ ਛੱਡਦਾ। ਸਮਝ ਗਏ ਨਾ? ਹਾਂ ਬਾਬਾ ਜੀ ਕਿੱਦਾਂ ਹਾਲ ਚਾਲ, ਕੀ ਕਹਿੰਦੇ ਹੋ? ਤੁਹਾਡੀਆਂ ਅਕਸਰ ਫਿਲਮਾਂ ਮੈਂ ਬੱਸਾਂ 'ਚ ਹੀ ਦੇਖੀਆਂ ਨੇ ਅਤੇ ਪਾਕਿਸਤਾਨੀ ਚੈਨਲਾਂ 'ਤੇ ਪ੍ਰੋਪਰ ਵੇਖਣ ਨੂੰ ਨਹੀਂ ਮਿਲਦੀਆਂ। ਯੂ ਰੌਕ, ਅੱਛਾ ਪਾਕਿਸਤਾਨ ਤੋਂ ਬਾਈ ਜੀ, ਮੈਂ ਤਾਂ ਐਂ ਹੋ ਗਿਆ ਜੀ, ਮੈਂ ਕਿਹਾ ਬਾਈ ਕਿਉਂ ਨਹੀਂ ਦੇਖੀਆਂ ਗਈਆਂ। ਬਾਈ ਅਰਦਾਸ ਵੇਖ ਰਿਹਾ ਸੀ ਤੁਹਾਡੀ ਫਿਲਮ, ਅੱਖਾਂ 'ਚ ਪਾਣੀ ਆ ਗਿਆ। ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ। ਅਰਦਾਸ ਜੀ ਨੂੰ ਵਧੀਆ ਲੱਗੀ, ਤੁਹਾਡਾ ਦਿਲੋਂ ਥੈਂਕਸ ਆ ਜੀ। ਅਰਦਾਸ ਪਸੰਦ ਕੀਤੀ, ਮੰਜੇ ਬਿਸਤਰੇ, ਕੈਰੀ ਔਨ ਜੱਟਾ, ਜੱਟ, ਜੇਮਸ ਬੌਂਡ। ਸੋ ਬਹੁਤ ਫਿਲਮਾਂ ਨੇ ਜਿਹੜੀਆਂ ਤੁਹਾਨੂੰ ਚੰਗੀਆਂ ਲੱਗੀਆਂ, ਅਤੇ ਕੋਸ਼ਿਸ਼ ਕਰਦੇ ਹਾਂ ਜਿੱਦਾਂ ਦੀਆਂ ਫਿਲਮਾਂ ਤੁਹਾਨੂੰ ਚੰਗੀਆਂ ਲੱਗਦੀਆਂ ਅਸੀਂ ਉੱਦਾਂ ਦੀਆਂ ਹੀ ਬਣਾਈਏ। ਸੋ ਉਸੇ ਤਿਆਰੀ 'ਚ ਲੱਗੀਆਂ ਔਰ ਗਾਣਿਆਂ ਦੀ ਵੀ ਕੋਸ਼ਿਸ਼ ਇਹ ਹੁੰਦੀ ਆ, ਜਿੱਦਾਂ ਦੇ ਗਾਣੇ ਤੁਸੀਂ ਪਸੰਦ ਕਰਦੇ ਹੋ ਅਸੀਂ ਉੱਦਾਂ ਦੇ ਬਣਾਈਏ। ਔਰ ਹੰਬਲ ਮਿਊਜ਼ਿਕ ਨੂੰ, ਹੰਬਲ ਮੋਸ਼ਨ ਪਿਕਚਰ 'ਚ ਅਸੀਂ 2 ਫਿਲਮਾਂ ਬਣਾਈਆਂ ਸੀਗੀਆਂ, ਅਰਦਾਸ ਅਤੇ ਮੰਜੇ ਬਿਸਤਰੇ, ਜਿਨ੍ਹਾਂ ਨੂੰ ਤੁਸੀਂ ਬੇਹੱਦ ਪਿਆਰ ਦਿੱਤਾ। ਸੋ ਹੁਣ ਅਸੀਂ ਹੰਬਲ ਮਿਊਜ਼ਿਕ ਲਾਂਚ ਕੀਤੀ ਹੈ ਜਿਹਦੇ 'ਚ ਨਵੇਂ ਨਵੇਂ ਗਾਣੇ ਪੇਸ਼ ਕੀਤੇ ਜਾਂਦੇ ਨੇ। ਸੋ ਉਸੇ ਹੰਬਲ ਮਿਊਜ਼ਿਕ ਦੇ ਵਿੱਚ ਇਹ ਗਾਣਾ ਆਉਣਾ 19 ਤਰੀਕ ਨੂੰ, ਨਹੀਂ ਛੱਡਦਾ। ਸੋ ਜਿਹਦੀ ਟੇਕ ਕੇਅਰ ਪੂਰੀ ਜੱਗੀ ਅਤੇ ਭਾਨਾ ਸਾਹਿਬ ਕਰਦੇ ਨੇ, ਸੋ ਭਾਨਾ ਅਤੇ ਜੱਗੀ ਹੰਬਲ ਮਿਊਜ਼ਿਕ ਨੂੰ ਪੂਰਾ ਮੈਨੇਜ ਕਰਦੇ ਨੇ, ਉਹੀ ਦੇਖਦੇ ਨੇ ਸਾਰੀਆਂ ਚੀਜ਼ਾਂ। ਸੋ ਉਮੀਦ ਆ ਮੇਰੇ ਗਾਣੇ ਨੂੰ ਵਧੀਆ ਰਿਲੀਜ਼ ਕਰਨਗੇ। ਅਤੇ ਬਾਕੀ ਥੈਂਕ ਯੂ ਸੋ ਮੱਚ ਜੀ ਤੁਹਾਡਾ ਸਾਰਿਆਂ ਦਾ ਇੰਨਾ ਸਮਾਂ ਕੱਢਣ ਦੇ ਲਈ, ਸਾਡੇ ਕਹਿਣ ਦੇ ਉੱਤੇ ਤੁਸੀਂ, ਅਸੀਂ ਔਨਲਾਈਨ ਹੋਏ ਤਾਂ ਤੁਸੀਂ ਸਾਡੇ ਨਾਲ ਆ ਗਏ ਹੋ। ਅਤੇ ਬਾਕੀ ਗੱਲਾਂ ਬਾਤਾਂ ਫੇਰ ਕਰਾਂਗੇ। ਅਤੇ ਇੱਕ ਵਾਰੀ ਫਿਰ ਤੋਂ ਲਿੰਕ ਮੈਂ ਸ਼ੇਅਰ ਕੀਤਾ ਵਾ, ਸਾਰੇ ਜਣੇ ਉਹਨੂੰ ਪਲੀਜ਼ ਰੀਸ਼ੇਅਰ ਕਰ ਦਿਉ ਅਤੇ ਉਹ ਤੋਂ ਬਾਏ ਕਰ ਲਓ ਗਾਣਾ, ਪ੍ਰੀ ਆਰਡਰ ਲਿੰਕ ਆ। ਅਤੇ ਲਵ ਯੂ, ਥੈਂਕ ਯੂ ਸੋ ਮੱਚ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ।